अगे वधांगे अजनाला विच एस एच ओ सुपिंदर कौर ढिल्लों नूं मुअत्तल कर दिता गया। नाजायज़ माइनिंग दे चलदियां सुपिंदर कौर ढिल्लों ते गाज डिगी है। रात वेले अजनाला दे पिंडां विच हुंदी गैर कानूनी माइनिंग दियां खबरां सन ते गैर कानूनी माइनिंग रोकण विच पुलिस दी नाकामी ते एक कार्रवाई हुई है। बिल्कुल, सूत्रों के हवाले तो यह बड़ी खबर सामने आ रही है कि नाजायज़ माइनिंग के चलदियां ही सुपिंदर कौर ढिल्लों से गाज डिगी है। अजनाला दे विच एस एच ओ सुपिंदर कौर ढिल्लों नूं मुअत्तल किया गया। यह जानकारी यह है कि नाजायज़ माइनिंग के चलदियां सुपिंदर कौर ढिल्लों से गाज डिगी। हालांकि सूत्रों के हवाले तो यह जानकारी है कि रात के वेले अजनाला के पिंडों के गैर कानूनी माइनिंग दी खबरां सामने आई सन, इसे दे चलदियां कार्रवाई हुई है। गैर कानूनी माइनिंग रोकण विच पुलिस की नाकामी ते एक कार्रवाई वेखण नूं मिली है। सूत्रों के हवाले तो यह जानकारी सामने आई है। रात वेले अजनाला के पिंडां विच गैर कानूनी माइनिंग दियां खबरां चलियां सन। इस तों अलावा शिकायतां भी मिलियां सन कुछ कि गैर कानूनी माइनिंग हो रही है ते गैर कानूनी माइनिंग रोकण विच पुलिस की नाकामी पिछे ये वड्डी कार्रवाई इत्थे वेखण नूं मिली। अजनाला विच एस एच ओ सुपिंदर कौर ढिल्लों नूं मुअत्तल कर दिता गया। साडे नाल साडे सहयोगी पंकज जुड़ गए ने। पंकज, सूत्रों के हवाले तो यह जानकारी सामने आ रही है कि नाजायज़ माइनिंग के कारण ये जो गाज है इन्हां ते डिगी है, पूरी जानकारी चाहवांगे। बिल्कुल नीलम, दसना चाहना कि जिस तरीके सारी खबर सामने आ रही ने कि गैर कानूनी माइनिंग का धंधा रात वेले जिहड़ा वा सरहदी खेत्र के अंदर जिहड़ा अजनाला के राजा फांसी की गल की जाए तो इतने जिहड़ा जोरां नाल चल रहा है तो उसनों लैके लगातार जिहड़ा वा ਉਹ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ, ਸ਼ਿਕਾਇਤਾਂ ਮਿਲ ਰਹੀਆਂ ਸੀ ਪੁਲਿਸ ਨੂੰ ਕਿ ਜਿਹੜਾ ਵਾ ਇਹ ਜਿਹੜੀ ਕਾਰਵਾਈ ਰਾਤ ਵੇਲੇ ਜਿਹੜੀ ਵਾ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੋ ਰਹੀ ਆ ਤਾਂ ਉਸ ਤੋਂ ਬਾਅਦ ਜਿਹੜੀ ਆ ਪੁਲਿਸ ਵੱਲੋਂ ਜਿਹੜਾ ਵਾ ਜਿਹੜਾ ਲੋਕਲ ਪ੍ਰਸ਼ਾਸਨ ਹੈ ਉਸ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਨੂੰ ਲੈ ਕੇ ਸੂਤਰਾਂ ਦੇ ਮੁਤਾਬਕ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਥਾਣਾ ਅਜਨਾਲਾ ਦੇ ਜਿਹੜੇ ਐਸ ਐਚ ਓ ਸੁਪਿੰਦਰ ਕੌਰ ਨੇ ਉਹਨਾਂ ਨੂੰ ਜਿਹੜਾ ਵਾ ਉਹ ਮੁਅੱਤਲ ਕਰ ਦਿੱਤਾ ਗਿਆ ਹੈ। ਕਿਤੇ ਨਾ ਕਿਤੇ ਢਿੱਲੀ ਕਾਰਵਾਈ ਦੇ ਚੱਲਦੇ ਕੋਈ ਕਾਰਵਾਈ ਨਾ ਕਰਨ ਦੇ ਚੱਲਦੇ ਜਿਹੜਾ ਇਹ ਮੁਅੱਤਲ ਕੀਤਾ ਗਿਆ। ਐਸ ਐਸ ਪੀ ਸਵਪਨ ਸ਼ਰਮਾ ਨੇ ਵੀ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਹਨਾਂ ਨੇ ਇਹਨਾਂ ਦੇ ਕਾਰਨਾਂ ਦੇ ਪ੍ਰਬੰਧਕੀ ਕਾਰਨਾਂ ਦੇ ਅੰਦਰੂਨੀ ਮਾਮਲਾ ਦੱਸਿਆ ਹੈ, ਪਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਇਹ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਨਾਕਾਮ ਜਿਹੜੀ ਸਾਬਤ ਹੋਈ ਹੈ ਅਜਨਾਲਾ ਦੀ ਪੁਲਿਸ, ਤਾਂ ਜਿਸ ਤੇ ਚੱਲਦੇ ਇਹ ਗਾਜ ਜਿਹੜੀ ਹੈ ਥਾਣਾ ਅਜਨਾਲਾ ਦੀ ਐਸ ਐਚ ਓ ਸੁਪਿੰਦਰ ਕੌਰ ਤੇ ਡਿੱਗੀ ਹੈ ਤੇ ਉਹਨਾਂ ਨੂੰ ਜਿਹੜਾ ਰਾਤ ਕੱਲ ਦੇਰ ਸ਼ਾਮ ਜਿਹੜਾ ਵਾ ਉਹ ਮੁਅੱਤਲ ਕੀਤਾ ਗਿਆ। ਤਾਂ ਤੁਰੰਤ ਕੁਛ ਸਮੇਂ ਬਾਅਦ ਹੀ ਜਿਹੜਾ ਉੱਥੇ ਹੁਣ ਸਬ ਇੰਸਪੈਕਟਰ ਜਿਹੜੇ ਵਾ ਜਗਜੀਤ ਸਿੰਘ ਉਹਨਾਂ ਨੂੰ ਮੌਕੇ ਤੇ ਜਿਹੜਾ ਵਾ ਨਵਾਂ ਐਸ ਐਚ ਓ ਜਿਹੜਾ ਵਾ ਉਹ ਤੈਨਾਤ ਕੀਤਾ ਗਿਆ। ਪਰ ਕਿਤੇ ਨਾ ਕਿਤੇ ਗੱਲ ਕੀਤੀ ਜਾਵੇ ਗੈਰ ਕਾਨੂੰਨੀ ਮਾਈਨਿੰਗ ਦੀ, ਤਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਾਉਣ ਲਈ ਲਗਾਤਾਰ ਜਿਹੜਾ ਵਾ ਪ੍ਰਸ਼ਾਸਨ ਨੂੰ ਜਿਹੜਾ ਵਾ ਸਖਤੀ ਕੀਤੀ ਹੋਈ ਹੈ, ਪਰ ਜਿਸ ਤਰੀਕੇ ਨਾਲ ਅਕਸਰ ਹੀ ਇਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰਾਤ ਵੇਲੇ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਜਾਂ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਮਿਲੀ ਭੁਗਤ ਕਰਕੇ ਜਿਹੜਾ ਵਾ ਇਹ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਝੰਡਾ ਚੱਲ ਰਿਹਾ ਜੀ। ਪੰਕਜ, ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਸੀ ਐਸ ਐਚ ਓ ਸੁਪਿੰਦਰ ਕੌਰ ਢਿੱਲੋਂ ਦਾ ਜਦੋਂ ਸ਼ਿਕਾਇਤਾਂ ਇਸ ਤਰ੍ਹਾਂ ਦੀਆਂ ਮਿਲੀਆਂ ਸਨ? ਬਿਲਕੁਲ, ਜਿਸ ਤਰੀਕੇ ਨਾਲ ਰਾਤ ਵੇਲੇ ਅਕਸਰ ਹੀ ਜੇ ਗੱਲ ਕੀਤੀ ਜਾਵੇ ਪੁਲਿਸ ਦੀ, ਤਾਂ ਜਦੋਂ ਪੁਲਿਸ ਨਾਲ ਵੀ ਗੱਲਬਾਤ ਨੀਲਮ ਹੁੰਦੀ ਹੈ ਤਾਂ ਪੁਲਿਸ ਦਾ ਅਕਸਰ ਹੀ ਇਹੀ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਜਿਹੜਾ ਵਾ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਤ ਵੇਲੇ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਜਿਸ ਤਰੀਕੇ ਨਾਲ ਰਾਤ ਵੇਲੇ ਗੈਰ ਕਾਨੂੰਨੀ ਮਾਈਨਿੰਗ ਹੋਣ ਦੇ ਬਾਵਜੂਦ ਵੀ ਉਹਨਾਂ ਤੇ ਕਾਰਵਾਈ ਨਾ ਹੋਣਾ, ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਹੁੰਦੇ ਰਹਿਣਾ, ਤਾਂ ਕਿਤੇ ਨਾ ਕਿਤੇ ਜਦੋਂ ਇਹ ਸਾਰੀਆਂ ਸ਼ਿਕਾਇਤਾਂ ਜਦੋਂ ਉੱਚ ਅਧਿਕਾਰੀਆਂ ਤੱਕ ਜਦੋਂ ਪਹੁੰਚਦੀਆਂ ਨੇ, ਤਾਂ ਫਿਰ ਕਿਤੇ ਨਾ ਕਿਤੇ ਹੁਣ ਜਿਸ ਤਰੀਕੇ ਨਾਲ ਉੱਚ ਅਧਿਕਾਰੀ ਐਸ ਐਸ ਪੀ ਸਵਪਨ ਸ਼ਰਮਾ ਤੱਕ ਜਾਣਕਾਰੀ ਪਹੁੰਚੀ ਹੈ, ਤਾਂ ਉਸ ਤੋਂ ਬਾਅਦ ਜ਼ਰੂਰ ਇਹ ਕਾਰਵਾਈ ਜਿਹੜੀ ਵਾ ਫਿਲਹਾਲ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਪੰਕਜ। ਗੈਰ ਕਾਨੂੰਨੀ ਮਾਈਨਿੰਗ ਰੋਕਣ ਵਿੱਚ ਪੁਲਿਸ ਦੀ ਨਾਕਾਮੀ ਪਿੱਛੇ ਇਹ ਵੱਡੀ ਕਾਰਵਾਈ ਹੋਈ ਹੈ। ਅਜਨਾਲਾ ਵਿੱਚ ਐਸ ਐਚ ਓ ਸੁਪਿੰਦਰ ਕੌਰ ਢਿੱਲੋਂ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ।